ਹਾਂਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਆਪਣੇ ਚੈਨਲ ਫਸਟ ਚੁਆਇਸ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਜਿਹੜੇ ਵਿਊਅਰਸ ਨਵੇਂ ਨੇ, ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਆਪਣਾ ਪੇਮੈਂਟ ਦਾ ਮੋਡ ਔਨਲਾਈਨ ਹੈ, ਕੈਸ਼ ਔਨ ਡਿਲੀਵਰੀ ਆਪਾਂ ਨਹੀਂ ਕਰਦੇ। ਦੂਜੀ ਗੱਲ ਕਿ ਮੈਂ ਹੈਗੀ ਹਾਂ ਫਰੀਦਕੋਟ ਤੋਂ, ਕਈ ਵਾਰੀ ਮੈਨੂੰ ਭੈਣਾਂ ਪੁੱਛਦੀਆਂ ਰਹਿੰਦੀਆਂ ਨੇ ਔਰ ਮੈਂ ਦੱਸਣਾ ਭੁੱਲ ਜਾਂਦੀ ਹਾਂ। ਕਦੇ ਕਦੇ ਕਿਸੇ ਵੀਡੀਓ 'ਚ ਦੱਸ ਦਿੰਦੀ ਹਾਂ ਕਿ ਮੈਂ ਫਰੀਦਕੋਟ ਤੋਂ ਹਾਂ, ਅਤੇ ਬਾਕੀ ਉੱਪਰ ਨੰਬਰ ਚੱਲ ਰਿਹਾ ਹੈਗਾ ਅਤੇ ਉਹਦੇ 'ਤੇ ਤੁਸੀਂ ਆਪਣਾ ਜਿਹੜਾ ਵੀ ਸੂਟ ਪਸੰਦ ਆਉਂਦਾ ਸਕਰੀਨਸ਼ੋਟ ਲੈ ਕੇ ਵਟਸਐਪ ਕਰ ਦਿਆ ਕਰੋ। ਫਿਰ ਤੁਹਾਨੂੰ ਅਸੀਂ ਨੰਬਰ ਦੇਵਾਂਗੇ, ਤੁਸੀਂ ਆਪਣੀ ਔਨਲਾਈਨ ਪੇਮੈਂਟ ਕਰਿਓ, ਐਡਰੈਸ ਭੇਜੋ ਅਤੇ ਸੂਟ ਤੁਹਾਡੇ ਘਰ ਪਹੁੰਚ ਜਾਊਗਾ। ਠੀਕ ਹੈ ਜੀ। ਅਤੇ ਅੱਜ ਆਪਾਂ ਜਿਹੜੀ ਵੀਡੀਓ ਲੈ ਕੇ ਆਏ ਹੈਗੇ ਹਾਂ ਉਹ ਹੈਂਡ ਵਰਕ ਦੇ ਸੂਟਸ ਵੀ ਨੇ ਔਰ ਮਸ਼ੀਨ ਵਰਕ ਦੇ ਸੂਟਸ ਵੀ ਨੇ, ਅਤੇ ਬਹੁਤ ਹੀ ਖੂਬਸੂਰਤ, ਬਹੁਤ ਜ਼ਿਆਦਾ ਸੋਹਣੇ ਸੂਟ ਨੇ। ਔਰ ਜਿਹੜੇ ਮਸ਼ੀਨ ਵਰਕ ਦੇ ਨੇ ਉਹ ਬਸ ਸਿੰਗਲ ਸਿੰਗਲ ਪੀਸ ਨੇ ਮੇਰੇ ਕੋਲ, ਮੈਂ ਇਸ ਲਈ ਤੁਹਾਨੂੰ ਦਿਖਾ ਰਹੀ ਹਾਂ। ਇਹਦੇ ਨਾਲ ਦੇ ਆਪਣੇ ਕੋਲ 3-4 ਪੀਸ ਹੈਗੇ ਸੀਗੇ ਔਰ ਇਹ ਹੈਗਾ ਸੈਮੀ ਕ੍ਰੇਪ 'ਤੇ ਬਣਿਆ ਹੋਇਆ ਸੂਟ। ਆ ਲਓ ਜੀ, ਸੈਮੀ ਕ੍ਰੇਪ ਦਾ ਸੂਟ ਹੈ, ਸੈਮੀ ਅਤੇ ਬਹੁਤ ਜ਼ਿਆਦਾ ਸੋਹਣਾ ਹੈ। ਦੇਖੋ ਤੁਸੀਂ, ਮਿਰਰ ਵਰਕ ਵਗੈਰਾ ਹੋਇਆ ਹੋਇਆ, ਮੈਂ ਤੁਹਾਨੂੰ ਨਾਪ ਵੀ ਦਿੰਦੀ ਹਾਂ। ਇੱਥੋਂ ਇੱਥੋਂ ਸਹੀ ਰੰਗ ਦੀਦਾ ਦੂਰੋਂ, ਹਾਂ ਦੂਰੋਂ ਜ਼ਿਆਦਾ ਸੋਹਣਾ, ਹਾਂ ਇੱਥੋਂ ਥੋੜ੍ਹਾ ਜਿਹਾ ਫਰਕ ਲੱਗਦਾ, ਵਾਹਲਾ ਨਹੀਂ, ਬਸ ਠੀਕ ਹੀ ਲੱਗਦਾ। ਲਓ ਜੀ, ਲੈਂਥ ਰਹੂਗੀ ਇਹਦੀ 41.5। ਠੀਕ ਹੈ, ਅਤੇ ਘੇਰਾ ਤਾਂ ਕਾਫੀ ਹੈਗਾ, ਘੇਰੇ ਦਾ ਕੋਈ ਚੱਕਰ ਨਹੀਂ ਹੋਊਗਾ, ਘੇਰਾ ਬਹੁਤ ਹੈ, ਇਹ ਤਾਂ ਅਗਲੇ ਜਿੰਨਾ ਮਰਜ਼ੀ ਕਰ ਸਕਦਾ, ਵੱਧ ਘੱਟ ਕੀਤਾ ਜਾ ਸਕਦਾ ਇਹਦਾ ਘੇਰਾ। ਅਤੇ ਇਹ ਹੈਗਾ ਜੀ 27, 26-27, ਹਾਂ ਗ੍ਰੇ ਕਲਰ ਹੈ, ਮੈਂ ਤੁਹਾਨੂੰ ਫਿਰ ਚੰਗੀ ਤਰ੍ਹਾਂ ਦਿਖਾ ਦੇਣੀ ਹਾਂ। ਹਾਂ ਬਸ ਠੀਕ ਹੈ, ਬਹੁਤ ਸੋਹਣਾ ਸੂਟ ਹੈ। ਅਤੇ ਲਓ ਜੀ, ਇਹ ਹੈਗਾ ਇਹਦਾ ਬਾਜੂ, ਬਹੁਤ ਬਾਜੂ ਵਰਕ, ਠੀਕ ਹੈ, ਅਤੇ ਇਹ ਹੈ ਇਹਦਾ ਸਲਵਾਰ ਦਾ ਵਰਕ, ਠੀਕ ਹੈ, ਅਤੇ ਹੈਗਾ ਇਹ ਗ੍ਰੇ ਕਲਰ ਦੇ ਵਿੱਚ ਔਰ ਪ੍ਰਾਈਸ ਰੇਂਜ ਇਹਦੀ ਰਹੂਗੀ 1650 ਰੁਪਏ, ਉਹ ਆਪਣੇ ਕੋਲ ਇਹ ਲਾਸਟ ਪੀਸ ਬਚਿਆ। ਠੀਕ ਹੈ ਜੀ, ਬਹੁਤ ਪਿਆਰਾ ਸੂਟ ਹੈ। ਅਗਲਾ ਜਿਹੜਾ ਸੂਟ ਹੈ, ਚਿੜੀਆਂ ਚਿੜੀਆਂ ਤੁਸੀਂ ਭੁੱਲ ਗਏ ਹੋਵੋਗੇ, ਅੱਜ ਦੁਬਾਰਾ ਯਾਦ ਕਰਾ ਦਿਆਂ ਤੁਹਾਨੂੰ ਚਿੜੀਆਂ, ਬਹੁਤ ਚਿੜੀਆਂ ਵਾਲੇ ਸੂਟ ਆਪਾਂ ਦਿੱਤੇ ਨੇ, ਇਹ ਵੀ ਸਿੰਗਲ, ਅਤੇ ਇਹ ਵੀ ਹੁਣ ਸਿੰਗਲ ਕਲਰ ਮਤਲਬ ਕਿ ਸੂਟ ਰਹਿ ਗਿਆ ਆਪਣੇ ਕੋਲ, ਬਹੁਤ ਪਿਆਰਾ ਜਿਹਾ ਕਲਰ ਹੈ ਇਹਦਾ, ਠੀਕ ਹੈ, ਬਹੁਤ ਸੋਹਣਾ ਕਲਰ, ਬਹੁਤ ਜ਼ਿਆਦਾ ਸੋਹਣਾ, ਹਲਕਾ ਜਿਹਾ ਫਰੋਜ਼ੀ ਹੈ, ਬਹੁਤ ਜ਼ਿਆਦਾ ਲਾਈਟ, ਅਤੇ ਚਿੜੀਆਂ ਵਗੈਰਾ ਤਾਂ ਬਣੀਆਂ ਹੋਈਆਂ ਨੇ ਕਾਫੀ ਸਾਰੀਆਂ, ਦੇਖੋ ਇੱਧਰ ਬਾਜੂ 'ਤੇ ਵੀ ਬਣੀਆਂ ਹੋਈਆਂ ਨੇ, ਸਲਵਾਰ ਵੀ ਮੈਨੂੰ, ਅਤੇ ਇਸੇ ਤਰ੍ਹਾਂ ਹੀ ਜੇ ਇਹਦੀ ਰਹੂਗੀ ਸਲਵਾਰ, ਸਲਵਾਰ 'ਤੇ ਵੀ ਇੱਦਾਂ ਚਿੜੀਆਂ ਬਣੀਆਂ ਹੋਈਆਂ ਨੇ, ਠੀਕ ਹੈ ਜੀ, ਅਤੇ ਨਹੀਂ ਇਹ ਬੈਕ ਸਾਈਡ ਹੋਵੇ ਵੀ, ਹਾਂ ਸੱਚ, ਇਹ ਹੈਗਾ ਇਹਦਾ ਬੈਕ ਸਾਈਡ ਦਾ ਘੇਰਾ, ਠੀਕ ਹੈ ਜੀ, ਅਤੇ ਇਹ ਹੈਗਾ ਇਹਦਾ ਸਲਵਾਰ ਦਾ ਵਰਕ, ਠੀਕ ਠੀਕ ਹੈ, ਇੱਕ ਜਿਹੜੀ ਉੱਪਰ ਨਹੀਂ, ਇੱਕ ਜਿਹੜੀ ਇਹਦੀ ਆਊਗੀ ਸ਼ੋਲਡਰ 'ਤੇ, ਉਹ ਵੀ ਆਪਾਂ ਤੁਹਾਨੂੰ ਦਿਖਾ ਦਿੰਦੇ ਹਾਂ, ਆ ਲਓ ਆਹ ਸ਼ੋਲਡਰ 'ਤੇ ਹੈ, ਬੈਕ ਸਾਈਡ 'ਤੇ, ਬੈਕ ਨੈਕ 'ਤੇ ਆ ਜੂਗੀ, ਅਤੇ ਪ੍ਰਾਈਸ ਰੇਂਜ ਇਹਦੀ ਰਹੂਗੀ, ਨੈਚੁਰਲ ਕਰੇਪ ਦਾ ਸੂਟ ਆ ਔਰ ਪ੍ਰਾਈਸ ਰੇਂਜ ਰਹੂਗੀ 1700 ਰੁਪਏ, ਔਰ ਸਿੰਗਲ ਪੀਸ ਹੈ ਆਪਣੇ ਕੋਲ ਹੁਣ, ਬਸ ਲਾਸਟ ਪੀਸ ਹੈ, ਔਰ ਹੁਣ ਨਹੀਂ ਬਣਾਉਣੇ ਚਿੜੀਆਂ ਵਾਲੇ, ਬਹੁਤ ਜ਼ਿਆਦਾ ਹੋ ਗਏ, ਹੁਣ ਟੂ ਮੱਚ ਹੋ ਗਿਆ। ਅਤੇ ਆਹ ਆਪਣੇ ਕੋਲ 3 ਕਲਰਸ ਦੇ ਵਿੱਚ ਆਇਆ ਸੀਗਾ ਔਰ ਦੋ ਦੋ 3-3 ਪੀਸ ਸੀਗੇ, ਅਤੇ ਬਸ ਹੁਣ 2 ਪੀਸ ਰਹਿ ਗਏ ਨੇ ਔਰ ਉਹ ਵੀ ਸਿੰਗਲ ਸਿੰਗਲ ਕਲਰ ਰਹਿ ਗਿਆ, ਇੱਕ ਰੈੱਡ ਪੀਸ ਰਹਿ ਗਿਆ ਅਤੇ ਇੱਕ ਰਹਿ ਗਿਆ ਆਪਣੇ ਕੋਲ ਯੈਲੋ,
ਨੈਚੁਰਲ ਕਰੇਪ ਦਾ ਸੂਟ ਹੈ, ਠੀਕ ਹੈ ਜੀ। ਬਹੁਤ ਸੋਹਣਾ, ਬਹੁਤ ਪਿਆਰਾ ਸੂਟ ਹੈ, ਸ਼ੀਸ਼ੇ ਲੱਗੇ, ਸ਼ੀਸ਼ੇ ਲੱਗੇ ਹੋਏ ਨੇ। ਅਤੇ ਮੈਂ ਤੁਹਾਨੂੰ ਇਹਦੀ ਲੈਂਥ ਨਾਪ ਦਿਆਂ, ਇੱਕ ਭੈਣ ਦਾ ਨਾ ਕਮੈਂਟ ਆਇਆ ਸੀ, ਮੈਂ ਭੁੱਲ ਜਾਂਦੀ ਹਾਂ ਵੈਸੇ ਕਿਹਦਾ ਕਮੈਂਟ ਆਇਆ ਸੀ, ਹੁਣ ਮੈਨੂੰ ਯਾਦ ਨਹੀਂ ਹੈ, ਕਿ ਤੁਸੀਂ ਨਾ ਹਮੇਸ਼ਾ ਜਿਹੜਾ ਇੰਚੀ ਟੇਪ ਗਵਾ ਲੈਂਦੇ ਹੋ, ਅਤੇ ਜਦੋਂ ਵੀ ਤੁਸੀਂ ਇੰਚੀ ਟੇਪ ਦੀ ਗੱਲ ਕਰਦੇ ਹੋ ਨਾ, ਵੀ ਲਓ ਮੈਂ ਤੁਹਾਨੂੰ ਨਾਪ ਕੇ ਦੱਸਾਂ, ਕਹਿੰਦੇ ਮੇਰਾ ਬੇਟਾ ਕੋਲੇ ਬੈਠਾ ਦੇਖਦਾ ਹੁੰਦਾ, ਕਹਿੰਦੀ ਉਹ ਹੱਸ ਕੇ ਕਹਿ ਦਿੰਦਾ ਗਵਾਚ ਗਿਆ, ਇੰਚੀ ਟੇਪ ਗਵਾਚ ਗਿਆ। ਅਤੇ ਉਹਨਾਂ ਦੀ ਗੱਲ ਤੋਂ ਮੈਨੂੰ ਵੀ ਬਹੁਤ ਹਾਸਾ ਆਇਆ, ਮੈਂ ਗੱਲ ਸਹੀ ਹੈ, 40 ਹੈ ਜੀ ਲੈਂਥ, ਠੀਕ ਹੈ, ਘੇਰਾ ਵੀ ਨਾਪ ਲਈਏ। ਘੇਰਾ 26 ਹੈ, ਘੇਰੇ ਦੀ ਤਾਂ ਘੱਟ ਵੱਧ ਕਰ ਸਕਦੇ ਹੋ ਤੁਸੀਂ, ਠੀਕ ਹੈ ਜੀ। ਪਿਆਰਾ ਸੂਟ ਆ ਬਹੁਤ ਜ਼ਿਆਦਾ। ਅਤੇ ਇਹ ਤਾਂ ਹੋ ਗਿਆ ਜੀ ਇਹਦਾ ਫਰੰਟ, ਹੁਣ ਆਪਾਂ ਤੁਹਾਨੂੰ ਦਿਖਾ ਦਈਏ ਇਹਦਾ ਬਾਜੂ ਵਰਕ। ਆ ਲਓ ਜੀ, ਇਹ ਹੈਗਾ ਇਹਦਾ ਕਾਫੀ ਸਾਰਾ ਬਾਜੂ ਵਰਕ, ਉਲਟਾ ਦਿਖ ਰਿਹਾ ਤੁਹਾਨੂੰ, ਠੀਕ ਹੈ। ਔਰ ਨੀਚੇ ਹੈ ਇਹਦਾ ਸਲਵਾਰ, ਪੈਚ ਲੱਗੇ ਹੋਏ ਨੇ, ਠੀਕ। ਅਤੇ ਪ੍ਰਾਈਸ ਰੇਂਜ ਰਹੂਗੀ ਨੈਚੁਰਲ ਕਰੇਪ ਦੇ ਸੂਟ ਦੀ 2000 ਰੁਪਏ। 2000 ਦੇ ਵਿੱਚ ਸੋਹਣਾ ਜਿਹਾ ਸੂਟ ਤੁਹਾਡੇ ਘਰ ਪਹੁੰਚ ਜਾਣਾ, ਸ਼ਿਪਿੰਗ ਤੁਸੀਂ ਨਹੀਂ ਦੇਣੀ ਕੋਈ। ਅਗਲਾ ਬਸ ਕਲਰ ਦਾ ਫਰਕ ਹੈ ਜੀ, ਬਸ ਇਹ ਵਾਲਾ ਕਲਰ ਹੈ ਔਰ ਪੈਚ ਲੱਗਿਆ ਹੋਇਆ ਮੈਰੂਨ, ਇਸ ਲਈ ਆਪਾਂ ਇਹਨੂੰ ਨਾ ਖੋਲੀਏ। ਹਾਂ ਬਸ ਇਹੀ ਚੀਜ਼ ਹੈ, ਬਸ ਇਹੀ ਚੀਜ਼ ਹੈ, ਬੀਬੀ ਕਹਿੰਦੀ ਬਸ ਇਹੀ ਚੀਜ਼ ਹੈ। ਲਓ ਜੀ ਹੁਣ ਖੋਲਦੇ ਹਾਂ ਆਪਾਂ। ਹੈਂਡ ਵਰਕ ਦੇ ਸੂਟ ਜ਼ਿਆਦਾਤਰ ਸ਼ਿਮਰ 'ਤੇ ਹੀ ਰਹਿਣਗੇ ਸੂਟ, ਇੱਕ ਅੱਧਾ ਭਾਵੇਂ ਕਿਸੇ ਹੋਰ ਸਟੱਫ 'ਤੇ ਹੋਵੇ, ਮੇਰਾ ਖਿਆਲ ਹੈ ਇੱਕ ਵੀ ਨਹੀਂ ਹੈਗਾ ਕਿਸੇ ਹੋਰ 'ਤੇ, ਸ਼ਾਇਦ ਸ਼ਿਮਰ 'ਤੇ ਆ, ਕਿਉਂਕਿ ਸ਼ਿਮਰ ਦਾ ਬੋਲਬਾਲਾ ਬਹੁਤ ਜ਼ਿਆਦਾ ਅੱਜ ਕੱਲ੍ਹ। ਬਹੁਤ ਪਿਆਰੇ ਸੂਟ ਨੇ, ਸ਼ਿਮਰ ਤੇ ਸੋਹਣਾ ਵੀ ਬਹੁਤ ਲੱਗਦਾ। ਹਾਂ ਸੋਹਣੇ ਵੀ ਬਹੁਤ ਨੇ ਸੂਟ, ਜਿਸ ਤਰ੍ਹਾਂ ਤੁਸੀਂ ਮੰਗਦੇ ਹੁੰਦੇ ਹੋ ਨਾ, ਪੈਨਲ ਵਰਕ ਚਾਹੀਦਾ ਜੀ ਸਾਨੂੰ, ਹਲਕਾ ਜਿਹਾ ਪੈਨਲ ਵਰਕ ਚਾਹੀਦਾ, ਇਸ ਵਾਰ ਮੈਂ ਉਸ ਤਰ੍ਹਾਂ ਦੇ ਸੂਟ ਲੈ ਕੇ ਆਈ ਹਾਂ ਤੁਹਾਡੇ ਲਈ, ਹਲਕੇ ਹਲਕੇ ਸੂਟ ਨੇ। ਆਹ ਦੇਖੋ, ਆਹ ਬਿਲਕੁਲ ਹੀ ਹਲਕਾ ਜਿਹਾ ਸੂਟ ਹੈ, ਗਲੇ 'ਤੇ ਵਰਕ ਹੋਇਆ, ਲਓ ਦੇਖ ਲਓ, ਸਿਰਫ ਗਲੇ 'ਤੇ ਬਹੁਤ ਪਿਆਰਾ ਵਰਕ ਹੋਇਆ ਵਾ ਗਲੇ 'ਤੇ, ਔਰ ਵਿੱਚ ਸਾਰੇ ਮੋਤੀ ਦਾ, ਸਿੱਪੀ ਦਾ ਅਤੇ ਮੋਤੀ ਦਾ ਵਰਕ ਹੋਇਆ। ਸ਼ਿਮਰ ਦਾ ਸੂਟ ਹੈ, ਕਲਰ ਸ਼ਾਇਦ ਸਹੀ ਆ ਰਿਹਾ ਹੁਣ, ਇੱਥੋਂ ਮਹਿੰਦੀ ਕਲਰ, ਮਹਿੰਦੀ ਹੈ ਬਸ, ਇੱਥੋਂ ਥੋੜ੍ਹਾ ਬਹੁਤ ਸੋਹਣਾ ਸੂਟ ਹੈ, ਫਰਕ ਤਾਂ ਨਹੀਂ, ਔਰ ਇਹ ਹੈਗਾ ਜੀ ਇਹਦਾ ਬਾਜੂ ਵਰਕ, ਮਾੜਾ ਮੋਟਾ ਤਾਂ ਹੁੰਦਾ ਹੀ ਹੈ, ਬਾਜੂ ਵਰਕ ਉਲਟਾ ਦਿਖ ਰਿਹਾ ਤੁਹਾਨੂੰ, ਠੀਕ ਹੈ। ਅਤੇ ਨਾਲ ਹੈਗਾ ਜੀ ਇਹਦਾ ਸਲਵਾਰ ਦਾ ਵਰਕ, ਆ ਲਓ ਸਲਵਾਰ ਦਾ ਵਰਕ ਵੀ ਹੈ ਨਾਲ, ਅਤੇ ਬਾਜੂ ਦਾ ਵਰਕ ਵੀ, ਇਹ ਹੈਗਾ ਬਾਜੂ ਦਾ ਵਰਕ ਜਿਹੜਾ, ਇਹ ਵਾਲਾ ਮੇਰਾ ਖਿਆਲ ਹੈ, ਪਰ ਜਿਵੇਂ ਮਰਜ਼ੀ ਬਣਾ ਲਓ, ਸਲਵਾਰ ਦਾ ਹੀ ਹੈ, ਸਲਵਾਰ ਦਾ, ਚਲੋ ਜੋ ਵੀ ਹੈ ਸਲਵਾਰ ਦਾ ਜਾਂ ਬਾਜੂ ਦਾ ਸੇਮ ਜਿਹਾ ਹੀ ਹੈ। ਆਹੋ ਚੱਲ ਕਿਵੇਂ ਬਣਾ ਲੈਣ ਅਗਲਾ, ਬਹੁਤ ਸੋਹਣਾ ਸੂਟ ਹੈ, ਸ਼ਿਮਰ ਤੇ ਬਣਿਆ ਹੋਇਆ ਸੂਟ ਹੈ, ਬਹੁਤ ਪਿਆਰਾ ਕਲਰ ਹੈ ਔਰ ਬੜੇ ਹੀ ਸਟਾਈਲ ਜਿਹੇ ਨਾਲ ਬਣਿਆ ਹੋਇਆ, ਬਹੁਤ ਸੋਹਣਾ ਜਿਹਾ ਸੂਟ ਹੈ, ਐਵੇਂ ਵੀ ਨਹੀਂ ਹੈ, ਬਾਹਲਾ ਗਾਹ ਜਿਹਾ ਵੀ ਨਹੀਂ ਹੈਗਾ, ਅਤੇ ਠੀਕ ਹੈ, ਦੁਪੱਟਾ ਹੇਠਾਂ ਗਿਆ ਔਰ ਦੁਪੱਟਾ ਵੀ ਨਾਲ ਰਹੂਗਾ ਸ਼ਿਮਰ ਦਾ, ਠੀਕ ਹੈ, ਬਹੁਤ ਪਿਆਰਾ ਦੁਪੱਟਾ ਹੈ। ਆ ਲਓ ਜੀ, ਇੰਨਾ ਸੋਹਣਾ ਦੁਪੱਟਾ ਇਹਦਾ, ਗੋਟਾ ਲੱਗਿਆ ਹੋਇਆ ਔਰ ਸ਼ਿਮਰ ਦਾ ਸੂਟ ਅਤੇ ਸ਼ਿਮਰ ਦਾ ਦੁਪੱਟਾ ਬਹੁਤ ਜ਼ਿਆਦਾ ਸੋਹਣਾ ਲੱਗਦਾ, ਵਿੱਚ ਹੋਰੀ ਚੈੱਕ ਜਿਹਾ ਬਣਿਆ ਹੋਇਆ ਇਹਦੇ, ਠੀਕ ਹੈ।
ਤੇ ਪ੍ਰਾਈਸ ਰੇਂਜ ਸੋਹਣੀ ਜੇ ਸੂਟ ਦੀ ਰਹੂਗੀ ਸਿਰਫ 4000 ਰੁਪਏ। ਅਗਲਾ ਸੂਟ ਦੇਖੋ ਜੀ, ਆਪਾਂ ਤੁਹਾਡੇ ਲਈ ਪੂਰੇ ਐਨ ਸਿਲੈਕਟਡ ਪੀਸ ਲੈ ਕੇ ਆਉਂਦੇ ਨੇ। ਲਓ ਜੀ, ਟਾਈਡ ਆਈ ਦਾ ਸ਼ਰਟ, ਇਹ ਵੀ ਸ਼ਿਮਾ 'ਤੇ ਬਣਿਆ ਹੋਇਆ, ਗਲੇ 'ਤੇ ਵਰਕ, ਆਹ ਦੇਖੋ ਬਹੁਤ ਸੋਹਣਾ ਗਲੇ ਦਾ ਵਰਕ, ਔਰ ਨੀਚੇ ਮੋਤੀ ਵਰਕ, ਸਾਰੇ 'ਚ ਮੋਤੀ ਵਰਕ। ਲੈਂਥ ਮੈਂ ਤੁਹਾਨੂੰ ਨਾਪ ਦਿੰਦੀ ਹਾਂ, ਪਹਿਲਾਂ ਤੁਸੀਂ ਇਹਨੂੰ ਚੰਗੀ ਤਰ੍ਹਾਂ ਦੇਖ ਲਓ। ਇਹ ਹੈਗਾ ਜੀ ਇਹਦਾ ਬਾਜੂ ਵਰਕ, ਆਹ ਲਓ ਕਾਫੀ ਸੋਹਣਾ ਬਾਜੂ ਵਰਕ ਹੋਇਆ ਪਿਆ ਇਹਦੇ। ਅਤੇ ਇਸ ਤਰ੍ਹਾਂ ਹੀ ਇਹਦੀ ਬੈਕ ਸਾਈਡ ਰਹੂਗੀ ਟਾਈਡ ਆਈ, ਇੱਕ ਬਾਜੂ ਹੈ ਜਿਹੜੀ ਇਹਦੀ ਇੱਦਾਂ ਬੈਕ ਸਾਈਡ 'ਤੇ ਆ ਗਈ, ਠੀਕ ਹੈ। ਸਟੱਫ ਰਹੂਗਾ ਸ਼ਿਮਰ, ਸ਼ਿਮਰ ਦੇ ਉੱਪਰ ਇਹ ਸੂਟ ਬਣਿਆ ਹੋਇਆ। ਲੈਂਥ ਆਪਾਂ ਨੂੰ ਨਾਪ ਲੈਂਦੇ ਹਾਂ ਜੀ, ਤੁਸੀਂ ਇਹਨੂੰ ਨੀਚੇ ਤਾਂ ਫੋਲਡ ਵੀ ਕਰ ਸਕਦੇ ਹੋ, ਕੋਈ ਚੱਕਰ ਨਹੀਂ ਹੈ, ਫੋਲਡ ਤਾਂ ਕਰਨਾ ਹੀ ਪੈਣਾ। ਅਤੇ ਨਾਲ ਰਹੂਗੀ ਜੀ ਇਹਦੇ ਸਿਲਕ ਦੀ ਇਹ ਵਾਲੀ ਸਲਵਾਰ, ਠੀਕ। ਜਦੋਂ ਤੁਸੀਂ ਇਹਦੇ ਨੀਚੇ ਰੱਖੋਗੇ ਇਸ ਤਰ੍ਹਾਂ ਦੀ ਲਾਈਨਿੰਗ ਲਾਓਗੇ ਤਾਂ ਇਹਦਾ ਕਲਰ ਵੀ ਇਸ ਤਰ੍ਹਾਂ ਦਾ ਨਿਕਲ ਕੇ ਆਊਗਾ, ਠੀਕ। ਅਤੇ ਨਾਲ ਹੈ ਜੀ ਇਹਦੇ ਵਾਲਾ ਦੁਪੱਟਾ, ਦੁਪੱਟਾ ਆਪਾਂ ਦੇਖ ਲੈਂਦੇ ਹਾਂ ਫੋਲਡ ਕੇ ਕਿਹੜਾ ਸਾਈਡ 'ਤੇ ਖੁੱਲੂਗਾ। ਆਹ ਲਓ ਜੀ ਦੁਪੱਟਾ ਹੈਗਾ ਚਲਾਉਣ ਦਾ, ਨਾਲ ਹਾਂ ਐਂ ਦਿਖਾ ਦੇਣੇ ਚਲਾਉਣ ਦਾ ਦੁਪੱਟਾ, ਸਾਰੇ ਪਾਸੇ ਦੋ ਦੋ ਲਾਈਨਾਂ ਇਸ ਤਰ੍ਹਾਂ ਬਰੀਕ ਗੋਟੇ ਦੀਆਂ ਜਾ ਰਹੀਆਂ ਨੇ, ਔਰ ਇੱਕ ਹੈਗਾ ਇਹ ਵਾਲਾ ਗੋਟਾ ਇਹਦੇ ਨਾਲ, ਠੀਕ। 2.5 ਮੀਟਰ ਦਾ ਮਿਲੂਗਾ ਤੁਹਾਨੂੰ ਦੁਪੱਟਾ, ਦੁਪੱਟੇ ਨੂੰ ਆਪਾਂ ਇਸ ਤਰ੍ਹਾਂ ਹੀ ਵਿੱਚ ਹੀ ਫੇਰ ਬੰਦ ਕਰ ਦਈਏ, ਦੁਪੱਟੇ ਸਾਹਮਣੇ ਬਹੁਤ ਔਖੇ ਆ ਫਿਰ ਇਹ। ਸਲਵਾਰ ਮੈਂ ਨਾਪ ਨਾ ਦੇਖ ਲਾਂ, ਹੈ ਨਾ ਸਲਵਾਰ ਹੈ ਜਿਹੜੀ ਉਹ ਕਿੰਨੀ ਆ, 2.5 ਆ ਜਾਂ 3, ਮਾੜਾ ਚੈੱਕ ਕਰ ਲਈਏ। ਕਈ ਵਾਰ 3 ਵੀ ਹੁੰਦੀ ਹੈ, ਵੈਸੇ ਤਾਂ ਅੱਜ ਕੱਲ੍ਹ ਇੰਨੀਆਂ ਹੈਵੀ ਸਲਵਾਰਾਂ ਕੋਈ ਪਾਉਂਦਾ ਵੀ ਨਹੀਂ ਹੈਗਾ। ਲਓ ਜੀ, ਸਲਵਾਰ ਮਿਲੂਗੀ ਤੁਹਾਨੂੰ ਇਹਦੇ ਨਾਲ 3 ਮੀਟਰ, ਠੀਕ ਹੈ। 3 ਮੀਟਰ ਦੀ ਸਲਵਾਰ ਹੈ, ਚਾਹੇ ਤੁਸੀਂ 3 'ਚ ਬਣਾਇਓ ਚਾਹੇ ਤੁਸੀਂ ਬਣਾਇਓ 2.5 'ਚ, ਤੁਹਾਡੀ ਮਰਜ਼ੀ ਹੈ, ਪਰ ਸਲਵਾਰ ਦਾ ਜਿਹੜਾ ਕੱਪੜਾ ਹੈਗਾ ਉਹ 3 ਮੀਟਰ ਮਿਲੂਗਾ, ਉਹ ਆਪਾਂ ਨਾਪ ਲਿਆ। ਚਲੋ ਨੈਕਸਟ, ਬਾਅਦ 'ਚ ਆਪਾਂ ਇਕੱਠਾ ਕਰਦੇ ਹਾਂ। ਅਗਲਾ ਸ਼ੇਡ ਹੈ ਜਿਹੜਾ ਉਹ ਪਰਪਲ ਸ਼ੇਡ ਹੈ, ਇਹ ਵੀ ਸ਼ਿਮਰ 'ਤੇ ਹੀ ਆ, ਹੁਣ ਤੁਹਾਨੂੰ ਦੱਸਣ ਦੀ ਵਾਰ ਵਾਰ ਲੋੜ ਨਹੀਂ ਹੈ। ਕ੍ਰਸ਼ ਸ਼ਿਮਰ, ਲਓ ਆ ਗਿਆ ਪੈਨਲ ਵਰਕ। ਕਈ ਭੈਣਾਂ ਕਹਿੰਦੀਆਂ ਨੇ ਜੀ ਪੈਨਲ ਵਰਕ ਦੇ ਸੂਟ ਲਿਆਓ, ਪੈਨਲ ਵਰਕ ਦੇ ਸੂਟ ਲਿਆਓ, ਆ ਗਏ ਪੈਨਲ ਵਰਕ ਦੇ, ਹੈਂਡ ਵਰਕ ਦੇ ਸੂਟ ਨੇ ਇਹ ਸਾਰੇ, ਠੀਕ ਹੈ। ਲੈਂਥ ਮੈਂ ਤੁਹਾਨੂੰ ਬਾਅਦ 'ਚ ਨਾਪ ਦਿੰਦੀ ਹਾਂ, ਪਹਿਲਾਂ ਮੈਂ ਤੁਹਾਨੂੰ ਇੱਧਰ ਬਾਜੂ ਦਿਖਾ ਦਾ, ਮੰਨ ਲਓ ਹੈਵੀ ਬਾਜੂ ਹੈ, ਠੀਕ ਹੈ। ਅਤੇ ਨਾਲ ਰਹੂਗਾ ਜੀ ਇਹਦੇ ਸਲਵਾਰ 'ਤੇ ਵਰਕ, ਸਲਵਾਰ ਹੈਗੀ ਹੈ ਨੈਚੁਰਲ ਕਰੇਪ ਦੀ, ਸਲਵਾਰ ਦੇ ਉੱਪਰ ਵੀ ਇੱਦਾਂ ਵਰਕ ਰਹੂਗਾ, ਹਾਂ ਬਹੁਤ ਪਿਆਰਾ ਵਰਕ ਹੋਇਆ ਵਿਆ ਸਲਵਾਰ 'ਤੇ। ਅਤੇ ਨੈਕਸਟ ਹੈ ਜੀ ਇਹਦਾ ਦੁਪੱਟਾ, ਦੁਪੱਟਾ ਇਹਦਾ ਹੈਗਾ ਉਹਦੇ ਨਾਲ, ਹਾਂ
ਚਨੋਨ ਦਾ ਦੁਪੱਟਾ, ਉਦਾਂ ਹੀ ਇਹਦੇ ਗੋਟਾ ਲੱਗਿਆ ਹੋਇਆ ਔਰ ਦੋ ਦੋ ਲਾਈਨਾਂ ਗੋਟੇ ਦੀਆਂ ਦੋਨੇ ਪਾਸੇ ਚਾਰੇ ਪਾਸੇ ਘੁੰਮ ਰਹੀਆਂ ਨੇ, ਠੀਕ ਹੈ ਜੀ। ਔਰ ਪ੍ਰਾਈਸ ਰੇਂਜ ਇਹ ਸੋਹਣੇ ਜੇ ਸੂਟ ਦੀ ਰਹੂਗੀ ਸਿਰਫ ਅਤੇ ਸਿਰਫ 4750 ਰੁਪਏ, 4750 4750 ਰੁਪਏ। ਅਗਲਾ ਸੂਟ ਹੈਲੋ ਜੀ, ਇਹ ਹੈਗਾ ਸ਼ਿਮਰ 'ਤੇ ਹੀ ਬਣਿਆ ਹੋਇਆ ਸੂਟ ਹੈ ਔਰ ਦਬਕੇ ਦਾ ਕੰਮ ਹੋਇਆ, ਦਬਕੇ ਦੇ ਕੰਮ ਦਾ ਤੁਹਾਨੂੰ ਪਤਾ ਹੀ ਹੈ ਕਿੰਨਾ ਕੋਸਟਲੀ ਹੁੰਦਾ ਹੈ ਨਾ, ਔਰ ਤੁਹਾਨੂੰ ਦੇਖ ਕੇ ਪਤਾ ਲੱਗ ਜੂਗਾ। ਪਹਿਲਾਂ ਮੈਂ ਵੈਸੇ ਨਾ ਆਪਣਾ ਭੁੱਲ ਗਈ, ਉਹ ਸ਼ਿਮਰ ਦਾ ਆ ਲਓ ਜੀ, ਮਸਟਰਡ ਕਲਰ ਹੈ, ਬਹੁਤ ਪਿਆਰਾ ਜਿਹਾ ਕਲਰ ਹੈ ਮਸਟਰਡ, ਔਰ ਸਾਰੇ 'ਚ ਦਬਕੇ ਦਾ ਕੰਮ ਹੋਇਆ, ਦੇਖ ਲਓ ਦਬਕਾ ਵਰਕ ਹੋਇਆ ਹੋਇਆ, ਬਹੁਤ ਪਿਆਰਾ। ਠੀਕ ਹੈ, ਅਤੇ ਇਹ ਹੈਗਾ ਜੀ ਇੱਧਰ ਬਾਜੂ ਦਾ ਵਰਕ, ਠੀਕ ਹੈ। ਅਤੇ ਮੈਂ ਇਹਨੂੰ ਨਾਪ ਵੀ ਦੇਵਾਂ ਥੋੜ੍ਹਾ ਜਿਹਾ, ਕਿਉਂ ਗਲੇ ਤੋਂ ਤਾਂ ਬੂਟੀਆਂ ਬਣਾ ਦਿੱਤੀਆਂ ਉਹਨਾਂ ਨੇ। ਹਾਂ ਗਲੇ ਤੋਂ ਤਾਂ ਹੀ ਹੈ, ਇੱਥੋਂ ਤੱਕ ਤਾਂ ਇਹਦਾ ਹੈਗਾ 38 ਜਿੱਥੋਂ ਤੱਕ ਵਰਕ ਹੋਇਆ, ਪਰ ਜਿਹੜਾ ਇਹ ਹੈਗਾ ਬੂਟੀ ਉੱਪਰ ਤੱਕ ਬਣੀ ਹੋਈ ਹੈ, ਬੂਟੀ ਬਣਾਤੀ ਤਾਂ ਕਾਫੀ ਜ਼ਿਆਦਾ ਹੈ ਕਿਉਂਕਿ ਲੈਂਥ ਗਲਾ ਹੈਗਾ ਜਿਹੜਾ ਉਹ ਇਸ ਤਰ੍ਹਾਂ ਬਣਨਾ ਇੱਥੇ ਆਊਗਾ। ਹਾਂ ਠੀਕ ਹੈ ਜੀ, ਇਸ ਕਰਕੇ ਲੈਂਥ ਦੀ ਕੋਈ ਚੱਕਰ ਨਹੀਂ ਹੈਗੀ, ਕਾਫੀ ਜ਼ਿਆਦਾ ਲੈਂਥ ਹੈ, ਮੈਂ ਬੂਟੀ ਤੋਂ ਹੀ ਨਾਪ ਦਿੰਦੀ ਹਾਂ। ਇਹ 45-45 ਤੱਕ ਗਿਆ, 44-45 ਤੱਕ ਗਿਆ, ਤੁਸੀਂ ਇਹਨੂੰ ਜਿੱਥੇ ਤੱਕ ਮਰਜ਼ੀ ਲੈ ਜਾਓ, ਇਹ ਤੁਹਾਡੀ ਮਰਜ਼ੀ ਹੈ। ਅਤੇ ਇੱਧਰ ਹੈਗੀ ਬਾਜੂ ਔਰ ਬਣਿਆ ਹੋਇਆ ਇਹ ਸੂਟ ਸ਼ਿਮਰ 'ਤੇ, ਠੀਕ ਹੈ ਜੀ। ਅਤੇ ਨਾਲ ਇਹਦੇ ਇਹ ਰਹੂਗੀ ਨੈਚੁਰਲ ਕਰੇਪ ਦੀ ਸਲਵਾਰ, ਠੀਕ ਹੈ। ਸਲਵਾਰ ਦਾ ਸਟੱਫ ਮੈਨੂੰ ਲੱਗਦਾ ਇਹਦਾ ਵੀ ਕਾਫੀ ਹੋਣਾ, ਮੈਨੂੰ ਲੱਗ ਰਿਹਾ ਸ਼ਾਇਦ ਇਹ ਵੀ 3 ਮੀਟਰ ਹੋਵੇ, ਸਲਵਾਰਾਂ ਕਾਫੀ ਹੈ ਇਹਦੀਆਂ, ਖੁੱਲੀਆਂ ਡੁੱਲੀਆਂ ਨੇ ਸਲਵਾਰਾਂ। ਬਾਹਰਲੀਆਂ ਭੈਣਾਂ ਤਾਂ ਬਹੁਤ ਪਾਉਂਦੀਆਂ ਨੇ ਖੁੱਲੀਆਂ ਜਿਹੀਆਂ ਸਲਵਾਰਾਂ, ਅਤੇ ਅਸੀਂ ਨਹੀਂ ਪਾਉਂਦੇ, ਬਸ ਜੀ 2.5 ਹੈ, ਇਹ 2.5 ਹੈ, ਇਹ ਵਾਲੀ ਸਲਵਾਰ ਹੈ ਜਿਹੜੀ ਉਹ 2.5 ਮੀਟਰ ਰਹੂਗੀ, ਅਤੇ ਨਾਲ ਇਹਦੇ ਇਹ ਵਾਲਾ ਰਹੂਗਾ ਦੁਪੱਟਾ, ਦੁਪੱਟਾ ਰਹੂਗਾ ਸ਼ਿਮਰ ਦਾ। ਲਓ ਖੋਲ ਕੇ ਦਿਖਾ ਦਾਂ ਹੁਣ, ਦੁਪੱਟਾ ਸ਼ਿਮਰ ਦਾ, ਸਾਰੇ ਦੁਪੱਟੇ ਦੇ ਵਿੱਚ ਛੋਟਾ ਛੋਟਾ ਬੂਟੀ ਪਈ ਹੋਈ ਹੈ, ਵਰਕ ਹੋਇਆ ਪਿਆ ਦੇਖੋ, ਠੀਕ ਹੈ। 2.5 ਮੀਟਰ ਦਾ ਸ਼ਿਮਰ ਦਾ ਦੁਪੱਟਾ ਹੈ, ਬਹੁਤ ਪਿਆਰਾ ਜਿਹਾ ਸੂਟ ਲੱਗਦਾ ਇਹਦੇ ਨਾਲ, ਔਰ ਪ੍ਰਾਈਸ ਰੇਂਜ ਇਹਦੀ ਰਹੂਗੀ 4800 4800 ਰੁਪਏ ਦਬਕੇ ਦਾ ਸੂਟ। ਅਗਲਾ ਹੈ ਆ ਵੀ ਰੰਗ ਸੋਹਣਾ, ਬਹੁਤ ਪਿਆਰਾ ਇਹ ਕਲਰ, ਆਹ ਮੈਂ ਦਿਖਾਇਆ ਨਾ ਉਹੀ ਰੰਗ ਹੈ, ਇਹ ਮੋੜਾ ਮੋਟੇ ਫਰਕ ਉਹਦੇ ਨਾਲ, ਉਹ ਹਾਂ ਉਹ ਪੀਚ ਜ਼ਿਆਦਾ ਥੋੜ੍ਹਾ ਜਿਹਾ, ਆਹੋ ਥੋੜ੍ਹਾ ਜਿਹਾ ਪੀਚ ਹੈ ਉਹ ਬਸ, ਪਰ ਇਹ ਹੈ ਵੀ ਟਾਈਟ ਆ ਜੀ। ਆ ਲਓ ਜੀ, ਇਹ ਵੀ ਸ਼ਿਮਰ ਦਾ ਸੂਟ ਹੈ, ਅੱਜ ਮੈਂ ਤੁਹਾਨੂੰ 5 ਸੂਟ ਹੈਂਡ ਵਰਕ ਦੇ ਦਿਖਾਏ ਆ, ਔਰ 5 ਸੂਟ ਨੇ ਜਿਹੜੇ ਉਹ ਹੈਂਡ ਵਰਕ ਦੇ ਨੇ, ਬਹੁਤ ਸੋਹਣੇ। ਲਓ ਇੰਨਾ ਪਿਆਰਾ ਸੂਟ ਹੈ ਇਹ, ਕਾਫੀ ਜ਼ਿਆਦਾ ਵਰਕ ਹੋਇਆ ਹੋਇਆ ਇਹਦੇ 'ਚ, ਪੂਰਾ ਫਰੰਟ ਭਰਿਆ ਹੋਇਆ ਇਹਦਾ, ਠੀਕ ਹੈ ਜੀ, ਪੂਰਾ ਹੈਂਡ ਵਰਕ ਦਾ। ਔਰ ਇਹ ਦੇਖ ਲਓ ਤੁਸੀਂ ਇਹਦੀ ਬਾਜੂ, ਠੀਕ ਆ, ਔਰ ਟਾਈਡ ਆਈ ਦੇ ਵਿੱਚ ਸੂਟ ਹੈ ਇਹ, ਇਹਦੀ ਬੈਕ ਸਾਈਡ ਵੀ ਇੱਦਾਂ ਹੀ ਟਾਈਡ ਆਈ ਹੋਈ ਵੀ ਹੈ, ਅਤੇ ਨਾਲ ਇਹਦੀ ਜਿਹੜੀ ਸਲਵਾਰ ਹੈਗੀ ਹੈ ਉਹ ਰਹੂਗੀ ਵਰਕ ਵਾਲੀ ਨੈਚੁਰਲ ਗ੍ਰੇ ਦੀ, ਠੀਕ ਹੈ ਜੀ। ਅਤੇ ਦੁਪੱਟਾ ਜਿਹੜਾ ਉਹ ਵੀ ਸ਼ਿਮਰ ਦਾ,
ਤੇ ਦੁਪੱਟਾ ਟਾਈ ਡਾਈ ਵੀ ਹੈ ਨਾਲ। ਬਹੁਤ ਜ਼ਿਆਦਾ ਸੋਹਣਾ ਸੂਟ ਹੈ। ਆ ਲਓ ਸਾਰੇ ਦੁਪੱਟੇ 'ਚ ਇੱਦਾਂ ਟਾਈ ਡਾਈ ਹੈ, ਗੋਟਾ ਲੱਗਿਆ ਹੋਇਆ ਅਤੇ ਇਸ ਤਰ੍ਹਾਂ ਇਹ ਸ਼ਿਮਰ ਦਾ ਦੁਪੱਟਾ ਟਾਈ ਡਾਈ ਦੇ ਵਿੱਚ। ਬਹੁਤ ਪਿਆਰਾ ਸੂਟ ਹੈ, ਬਹੁਤ ਜ਼ਿਆਦਾ ਅਤੇ ਕਾਫੀ ਵਧੀਆ ਵਰਕ ਹੋਇਆ ਹੋਇਆ, ਵਰਕ ਤਾਂ ਸਾਰਿਆਂ 'ਤੇ ਬਹੁਤ ਸੋਹਣਾ ਹੋਇਆ ਹੋਇਆ ਸੀਗਾ। ਅਤੇ ਇਹਦੀ ਪ੍ਰਾਈਸ ਰੇਂਜ ਰਹੂਗੀ 4900 ਰੁਪਏ, 4900 ਦੇ ਵਿੱਚ ਸੋਹਣਾ ਜਿਹਾ ਸੂਟ ਤੁਹਾਨੂੰ ਮਿਲ ਜਾਣਾ। ਸ਼ਿਪਿੰਗ ਤੁਸੀਂ ਕੋਈ ਨਹੀਂ ਦੇਣੀ ਕਿਸੇ ਸੂਟ ਲਈ, ਜੋ ਵੀ ਪ੍ਰਾਈਸ ਇੱਥੇ ਬੋਲੀ ਜਾਂਦੀ ਆ ਉਹੀ ਪ੍ਰਾਈਸ ਇਹਨਾਂ ਦੀ ਐਕਚੁਅਲ ਪ੍ਰਾਈਸ ਹੁੰਦੀ ਆ, ਔਰ ਕੋਈ ਵੀ ਤੁਸੀਂ ਸ਼ਿਪਿੰਗ ਵਗੈਰਾ ਉਸ ਤੋਂ ਬਾਅਦ ਕੋਈ ਚਾਰਜਸ ਨਹੀਂ ਹੁੰਦੇ, ਠੀਕ ਹੈ ਜੀ। ਬਸ ਤੁਸੀਂ ਆਪਣਾ ਪੇਮੈਂਟ ਪਾਓ, ਐਡਰੈਸ ਭੇਜੋ ਅਤੇ ਸੂਟ ਅਸੀਂ ਤੁਹਾਡੇ ਘਰ ਭੇਜ ਦਾਂਗੇ, ਠੀਕ ਹੈ ਜੀ। ਜੋ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਇਆ ਜਾਊਗਾ ਉਸ ਤਰ੍ਹਾਂ ਦਾ ਸੂਟ ਹੈ ਜਿਹੜਾ ਤੁਹਾਡੇ ਘਰ ਪਹੁੰਚੂਗਾ। ਤੁਹਾਨੂੰ ਵਿਸ਼ਵਾਸ ਰੱਖਣ ਦੀ ਜ਼ਰੂਰਤ ਹੈ, ਬਸ ਵਿਸ਼ਵਾਸ ਰੱਖ ਕੇ ਚੱਲੋ ਤਾਂ ਹੀ ਆਪਣਾ ਕੰਮ ਹੈ ਜਿਹੜਾ ਅੱਗੇ ਚੱਲ ਸਕਦਾ, ਠੀਕ ਹੈ ਜੀ। ਅਸੀਂ ਤੁਹਾਡੇ ਵਿਸ਼ਵਾਸ 'ਤੇ ਖਰੇ ਉਤਰਾਂਗੇ। ਚਲੋ ਠੀਕ ਹੈ ਜੀ, ਫਿਰ ਮਿਲਾਂਗੇ ਆਪਾਂ ਕਿਸੇ ਨਵੀਂ ਵੀਡੀਓ ਦੇ ਨਾਲ। ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।